एवरीवन, सत श्री अकाल सारिआं नूं। तुहाडा बहुत बहुत स्वागत है अज दी क्लास। अज आपां पढ़न जा रहे हैं पंजाब स्कूल एजुकेशन बोर्ड दे विच 11वीं क्लास दी इंग्लिश दी बुक ते उहदे विच सप्लीमेंटरी रीडर सैक्शन फोर्थ चैप्टर द मॉडल मिलीनियर। ते अज डिस्कस करांगे इस चैप्टर दे क्वेश्चन आंसर्स। शुरू करदे हां। पहला हैगे ने शॉर्ट आंसर टाइप क्वेश्चंस, छोटे उत्तरां वाले प्रश्न। पहला क्वेश्चन हैगा, व्हाट क्वालिटीज मेड ह्यूई अर्कस्किन पॉपुलर विद मेन एंड वुमेन। ਕਿਹਨਾਂ ਗੁਣਾ ਕਰਕੇ ਹਿਊਈ ਅਰਕਸਕਿਨ ਜਿਹੜੇ ਸੀ ਉਹ ਮਰਦ ਤੇ ਔਰਤਾਂ ਦੇ ਵਿੱਚ ਪ੍ਰਸਿੱਧ ਬਣੇ। ਹਿਊਈ ਵਾਸ ਵੰਡਰਫੁਲੀ ਗੁੱਡ ਲੁਕਿੰਗ, ਉਹ ਬਹੁਤ ਸੋਹਣਾ ਦੇਖਣ ਵਾਲਾ ਆਦਮੀ ਸੀ। ਹੀ ਵਾਸ ਵੈਰੀ ਗੁੱਡ ਐਟ ਹਾਰਟ, ਦਿਲ ਦਾ ਵੀ ਬਹੁਤ ਚੰਗਾ ਸੀ। ਹੀ ਨੈਵਰ ਸੈਡ ਐਨੀ ਇਲ ਨੇਚਰਡ ਥਿੰਗ, ਕਦੇ ਵੀ ਕਿਸੇ ਨੂੰ ਮਾੜਾ ਬੁਰਾ ਨਹੀਂ ਬੋਲਦਾ ਸੀ। ਹੀ ਨੈਵਰ ਸੈਡ ਐਨੀ ਅਨਕਾਈਂਡ ਵਰਡ ਈਵਨ, ਤੇ ਕਦੇ ਕਿਸੇ ਨੂੰ ਮਾੜਾ ਸ਼ਬਦ ਵੀ ਨਹੀਂ ਬੋਲਦਾ ਸੀ। ਇਨ ਫੈਕਟ ਹੀ ਹੈਡ ਐਵਰੀ ਕੁਆਲਿਟੀ ਐਕਸੈਪਟ ਦੈਟ ਆਫ ਮੇਕਿੰਗ ਮਨੀ, ਤੇ ਉਹਦੇ ਕੋਲ ਹਰ ਗੁਣ ਸੀ, ਬਸ ਇਹ ਕਮੀ ਸੀ ਵੀ ਉਹਦੇ ਕੋਲ ਪੈਸੇ ਨਹੀਂ ਸੀ ਤੇ ਉਹ ਕਮਾ ਵੀ ਨਹੀਂ ਮਤਲਬ ਪਾ ਰਿਹਾ ਸੀ ਉਹਨਾਂ ਅਮੀਰ ਬਣਨ ਦੇ ਲਈ। ਆਲ ਦਿਸ ਮੇਡ ਹਿਮ ਵੈਰੀ ਪਾਪੂਲਰ ਅਮੰਗ ਮੈਨ ਐਂਡ ਵੁਮੈਨ, ਜਿਹੜਾ ਮਿੱਠਾ ਬੋਲਦਾ ਹੈ, ਚੰਗਾ ਬੋਲਦਾ ਹੈ, ਉਹ ਆਟੋਮੈਟਿਕਲੀ ਸਾਰਿਆਂ ਵਿੱਚ ਬਹੁਤ ਪਾਪੂਲਰ ਹੋ ਜਾਂਦਾ ਹੈ। ਅੱਗੇ, ਹਿਊਈ ਵਾਸ ਅਨਏਬਲ ਟੂ ਸੈਟਲ ਡਾਊਨ ਇਨ ਅ ਪ੍ਰੋਫੈਸ਼ਨ ਬਿਕੋਜ਼ ਹੀ ਵਾਸ ਅਨਵਿਲਿੰਗ ਟੂ ਵਰਕ। ਯੈਸ ਜਾਂ ਨੋ, ਇਫ ਨੋ ਵਟ ਵਾਸ ਦ ਰੀਜ਼ਨ। ਹਿਊਈ ਜਿਹੜਾ ਸੀ ਉਹ ਕਿਸੇ ਵੀ ਪੇਸ਼ੇ ਦੇ ਵਿੱਚ ਸੈਟਲ ਮਤਲਬ ਠੀਕ ਨਹੀਂ ਹੋ ਰਿਹਾ ਸੀ, ਫਿੱਟ ਨਹੀਂ ਬੈਠ ਰਿਹਾ ਸੀ, ਕਿਉਂਕਿ ਉਹ ਅਨਵਿਲਿੰਗ ਸੀ, ਮਤਲਬ ਉਹ ਕੰਮ ਕਰਨਾ ਨਹੀਂ ਚਾਹੁੰਦਾ ਸੀ। ਤੁਹਾਨੂੰ ਕੀ ਲੱਗਦਾ ਇਹਦਾ ਆਂਸਰ ਯੈਸ ਹੈ ਜਾਂ ਨੋ ਹੈ? ਜੇ ਨੋ ਹੈ ਤਾਂ ਰੀਜ਼ਨ ਦੱਸੋ। ਦੇਖੋ ਇਹਦਾ ਆਂਸਰ ਮੈਂ ਲਿਖਿਆ, ਇਟ ਵਾਜ਼ ਨੋਟ ਦੈਟ ਹਿਊਈ ਵਾਸ ਅਨਵਿਲਿੰਗ ਟੂ ਵਰਕ, ਇਹ ਕਾਰਨ ਨਹੀਂ ਸੀ ਕਿ ਉਹ ਕੰਮ ਨਹੀਂ ਕਰਨਾ ਚਾਹੁੰਦਾ ਸੀ। ਇਨ ਫੈਕਟ ਹੀ ਟਰਾਈਡ ਹਿਜ਼ ਹੈਂਡ ਐਟ ਮੈਨੀ ਪ੍ਰੋਫੈਸ਼ਨਸ ਬਟ ਆਲਵੇਜ਼ ਫੇਲਡ। ਸਗੋਂ ਉਸਨੇ ਕਈ ਪੇਸ਼ਿਆਂ ਦੇ ਵਿੱਚ ਆਪਣਾ ਹੱਥ ਅਜ਼ਮਾਇਆ, ਕਿਸਮਤ ਅਜ਼ਮਾਈ, ਪਰ ਹਰ ਟਾਈਮ ਉਹ ਫੇਲ ਹੋ ਜਾਂਦਾ ਸੀ। ਇਨ ਫੈਕਟ ਹੀ ਡਿਡ ਨੋਟ ਨੋ ਦ ਆਰਟ ਆਫ ਮੇਕਿੰਗ ਮਨੀ, ਉਹਨੂੰ ਪਤਾ ਹੀ ਨਹੀਂ ਸੀ ਕਿ ਕਲਾ ਕੀ ਹੈ, ਪੈਸੇ ਕਿਵੇਂ ਬਣਾਏ ਜਾਂਦੇ ਹੈ। ਦੈਟ ਵਾਜ ਵਾਈ ਹੀ ਵਾਜ ਨੋ ਵੇਅਰ ਸਕਸੈਸਫੁਲ, ਇਸੇ ਕਰਕੇ ਉਹ ਕਿਤੇ ਵੀ ਸਕਸੈਸਫੁਲ ਨਹੀਂ ਹੋ ਪਾ ਰਿਹਾ ਸੀ। ਅੱਗੇ, ਔਨ ਵਾਟ ਕੰਡੀਸ਼ਨ ਡਿਡ ਕਰਨਲ ਲੇ ਡਾਊਨ, ਜਾਂ ਵਾਟ ਕੰਡੀਸ਼ਨ ਡਿਡ ਕਰਨਲ ਲੇ ਡਾਊਨ ਫੋਰ ਲੈਟਿੰਗ ਹਿਊਈ ਬੀ ਇੰਗੇਜ ਟੂ ਲੋਰਾ। ਹਿਊਈ ਲੋਰਾ ਨੂੰ ਪਿਆਰ ਕਰਦਾ ਸੀ, ਜੋ ਕਿ ਇੱਕ ਕਰਨਲ ਦੀ ਕੁੜੀ ਸੀ, ਤੇ ਕਰਨਲ ਨੇ, ਕਿਉਂਕਿ ਹਿਊਈ ਕੋਲ ਪੈਸੇ ਨਹੀਂ ਸੀ, ਤੇ ਕੀ ਸ਼ਰਤ ਰੱਖੀ ਵੀ ਤਾਂ ਹੀ ਤੂੰ ਲੋਰਾ ਨਾਲ ਵਿਆਹ ਕਰਾ ਸਕਦਾ ਹੈ। ਦ ਕਰਨਲ ਨਿਊ ਦੈਟ ਹਿਜ਼ ਡੋਟਰ ਲੋਰਾ ਲਵਡ ਹਿਊਈ, ਕਰਨਲ ਜਾਣਦੇ ਸੀ ਵੀ ਲੋਰਾ ਉਹਨਾਂ ਦੀ ਜਿਹੜੀ ਧੀ ਹੈਗੀ ਹੈ ਹਿਊਈ ਨੂੰ ਪਿਆਰ ਕਰਦੀ ਹੈ। ਹੀ ਟੂ ਵਾਸ ਫੌਂਡ ਆਫ ਹਿਊਈ, ਉਹ ਵੀ ਪਸੰਦ ਕਰਦੇ ਸੀ ਐਕਚੁਅਲੀ ਉਹਨੂੰ, ਮੁੰਡੇ ਨੂੰ, ਬਟ ਹੀ ਵਾਂਟਿਡ ਹਿਊਈ ਟੂ ਬੀ ਸੈਲਫ ਡਿਪੈਂਡੈਂਟ, ਪਰ ਉਹ ਚਾਹੁੰਦੇ ਸੀ ਕਿ ਉਹ ਸਵੈ ਨਿਰਭਰ ਬਣੇ ਜਿਹੜਾ ਮੁੰਡਾ ਹੈਗਾ। ਸੋ ਹੀ ਸੈਡ ਦੈਟ ਫਸਟ ਹਿਊਈ ਮਸਟ ਹੈਵ 10,000 ਪਾਊਂਡਸ ਆਫ ਹਿਸ ਹੋਮ, ਇਸੇ ਕਰਕੇ ਉਹਨਾਂ ਨੇ ਕਿਹਾ ਵੀ ਜੇ ਤੂੰ ਵਿਆਹ ਕਰਾਉਣਾ ਪਹਿਲਾਂ ਤੇਰੇ ਕੋਲ 10,000 ਪਾਊਂਡ ਆਪਣੇ ਹੋਣੇ ਚਾਹੀਦੇ ਨੇ, ਓਨਲੀ ਦੈਨ ਹੀ ਵੁੱਡ ਅਲਾਓ ਹਿਊਈ ਟੂ ਬੀ ਇੰਗੇਜ ਟੂ ਲੋਰਾ, ਤਾਂ ਹੀ ਤੁਹਾਡੀ ਦੋਨਾਂ ਦੀ ਵਿਆਹ ਦੀ ਗੱਲ ਅੱਗੇ ਚੱਲੇਗੀ ਤੇ ਇੰਗੇਜਮੈਂਟ ਹੋ ਪਾਏਗੀ। ਅੱਗੇ, ਵਾਈ ਡਿਡ ਐਲਨ ਟ੍ਰੇਵਰ ਲਾਈਕ ਹਿਊਈ ਸੋ ਮੱਚ ਐਸ ਟੂ ਲੈਟ ਹਿਮ ਵਿਜ਼ਿਟ ਹਿਸ ਸਟੂਡੀਓ ਵੈਨ ਐਵਰ ਹੀ ਵਾਂਟਿਡ। ਐਲਨ ਟ੍ਰੇਵਰ ਹਿਊਈ ਦੇ ਦੋਸਤ ਸੀ, ਉਹ ਉਹਨਾਂ ਨੂੰ ਇੰਨਾ ਪਸੰਦ ਕਿਉਂ ਕਰਦੇ ਸੀ? ਇਹ ਇੱਕ ਐਕਚੁਅਲੀ ਪੇਂਟਰ ਸੀ, ਠੀਕ ਹੈ, ਤੇ ਇਹ ਅਕਸਰ ਹਿਊਈ ਇਹਨਾਂ ਦੇ ਸਟੂਡੀਓ ਚਲੇ ਜਾਂਦੇ ਸੀ ਜਿੱਥੇ ਕੰਮ ਕਰਦੇ ਸੀ। ਕੀ ਕਾਰਨ ਸੀ ਵੀ ਉਹ ਅਲਾਓ ਕਰ ਦਿੰਦੇ ਸੀ ਵੀ ਤੂੰ ਆ ਜਾ? ਆਰਟਿਸਟ ਆਲਵੇਜ਼ ਲਵ ਥਿੰਗਸ ਆਫ ਬਿਊਟੀ, ਦੇਖੋ ਕਲਾਕਾਰ ਹਮੇਸ਼ਾ ਸੁੰਦਰਤਾ ਦੀਆਂ ਚੀਜ਼ਾਂ ਨੂੰ ਪਸੰਦ ਕਰਦੇ ਨੇ। ਟ੍ਰੇਵਰ ਵਾਜ਼ ਐਨ ਆਰਟਿਸਟ, ਉਹ ਇੱਕ ਕਲਾਕਾਰ ਸੀ, ਐਂਡ ਹਿਊਈ ਵਾਜ਼ ਵੰਡਰਫੁਲੀ ਗੁੱਡ ਲੁਕਿੰਗ, ਹਿਊਈ ਬਹੁਤ ਸੋਹਣਾ ਦਿਖਣ ਵਾਲਾ ਇੱਕ ਆਦਮੀ ਸੀ। ਹਿਊਈ ਵਾਜ਼ ਆਲਸੋ ਅ ਕੇਅਰ ਫਰੀ ਐਂਡ ਜੋਏਫੁਲ ਸਪਿਰਿਟ, ਮਤਲਬ ਉਹਦੀ ਜਿਹੜੀ ਰੂਹ ਸੀ ਉਹ ਬਿਲਕੁਲ ਬੇਪਰਵਾਹ ਟਾਈਪ ਦਾ ਆਦਮੀ ਸੀ, ਖੁਸ਼ ਰਹਿਣ ਵਾਲਾ ਆਦਮੀ ਸੀ। ਟ੍ਰੇਵਰ ਕੇਮ ਟੂ ਲਾਈਕ ਹਿਊਈ ਵੈਰੀ ਮੱਚ, ਇਸੇ ਕਰਕੇ ਟ੍ਰੇਵਰ ਉਹਨੂੰ ਬਹੁਤ ਪਸੰਦ ਕਰਦੇ ਸੀ। ਦੈਟ ਵਾਜ਼ ਵਾਈ ਹੀ ਲੈਟ ਹਿਮ ਵਿਜ਼ਿਟ ਹਿਸ ਸਟੂਡੀਓ ਵੈਨ ਐਵਰ ਹੀ ਲਾਈਕ, ਇਸੇ ਕਰਕੇ ਉਹਨੂੰ ਅਲਾਊਡ ਸੀ ਵੀ ਜਦੋਂ ਵੀ ਉਹਦਾ ਦਿਲ ਕਰੇ ਉਹਨੂੰ ਸਟੂਡੀਓ ਆ ਕੇ ਮਿਲ। ਅੱਗੇ ਦੋ ਕੁਐਸਚਨ, ਉਹਨਾਂ ਦਾ ਮਤਲਬ ਇੱਕੋ ਹੈਗਾ। ਵਾਈ ਡਿਡ ਹਿਊਈ ਥਿੰਕ ਦੈਟ ਟ੍ਰੇਵਰਸ ਮਾਡਲ ਵਾਜ਼ ਐਨ ਅਮੇਜ਼ਿੰਗ ਵਨ, ਹਿਊਈ ਨੂੰ ਕਿਉਂ ਲੱਗਿਆ ਕਿ ਟ੍ਰੇਵਰ ਦਾ ਜਿਹੜਾ ਮਾਡਲ ਹੈ ਜਿਹਦੀ ਉਹ ਪੇਂਟਿੰਗ ਬਣਾ ਰਹੇ ਉਹ ਬਹੁਤ ਵਧੀਆ ਹੈਗਾ? ਜਾਂ ਪੁੱਛਿਆ ਜਾ ਸਕਦਾ, ਡਿਡ ਟ੍ਰੇਵਰ ਥਿੰਕ ਹਾਈਲੀ ਆਫ ਹਿਸ ਮਾਡਲ, ਕਿ ਟ੍ਰੇਵਰ ਆਪਣੇ ਮਾਡਲ ਬਾਰੇ ਵਧੀਆ ਸੋਚਦਾ ਸੀ? ਹਾਊ ਡੂ ਯੂ ਨੋ, ਤੁਹਾਨੂੰ ਕਿਵੇਂ ਲੱਗਦਾ? ਦੇਖੋ, ਟ੍ਰੇਵਰਸ ਮਾਡਲ ਵਾਜ਼ ਅ ਰਿੰਕ ਹੈਡ ਅ ਰਿੰਕਲਡ ਫੇਸ, ਟ੍ਰੇਵਰ ਦਾ ਜਿਹੜਾ ਮਾਡਲ ਸੀ, ਕਹਿਣ ਦਾ ਮਤਲਬ ਜਿਹਦੀ ਉਹ ਪੇਂਟਿੰਗ ਬਣਾ ਰਿਹਾ ਸੀ ਜਿਹੜਾ ਉਹ ਆਦਮੀ ਸੀ, ਉਹਦੇ ਚਿਹਰੇ 'ਤੇ ਚੁਰੀਆਂ ਸਨ। ਹਿਸ ਕਲੋਥਸ ਵਰ ਇਨ ਰੈਗਸ, ਕੱਪੜੇ ਉਹਦੇ ਚਿੱਥੜਿਆਂ ਵਿੱਚ ਸੀ, ਫਟੇ ਹੋਏ ਸੀ। ਹੀ ਲੁਕਡ ਐਵਰੀ ਇੰਚ ਅ ਬੈਗਰ, ਉਹ ਬੈਗਰ ਬਣਿਆ ਹੋਇਆ ਸੀ, ਭਿਖਾਰੀ ਬਣਿਆ ਹੋਇਆ ਸੀ ਮਾਡਲ, ਅਤੇ ਉਹ ਲੱਗਦਾ ਵੀ ਸੀ। ਹੀ ਵਾਜ਼ ਦ ਵੈਰੀ ਪਿਕਚਰ ਆਫ ਮਿਜ਼ਰੀ, ਅਤੇ ਉਹ ਇੱਦਾਂ ਦਰਸਾ ਰਿਹਾ ਸੀ ਜਿਵੇਂ ਦੁੱਖ ਦੀ ਤਸਵੀਰ ਨਹੀਂ ਹੁੰਦੀ ਜੋ ਗਰੀਬੀ ਵਿੱਚ
दिखाई दिंदी है, झलकदी है, उदां दी तस्वीर उहनूं देख के लगदी सी। दैट वॉज वाई ह्यूई थॉट हिम एन अमेजिंग मॉडल। तो ह्यूई ने लग्या कि ये बहुत अमेजिंग मॉडल है, जो दर्शाना चाहते हैं वही लग रहे हैं। ट्रेविस मॉडल वॉज नॉट अ बैगर एज ही लुक, बट एक्चुअली वो बंदा बैगर नहीं सी, भिखारी नहीं सी जो दिखा रहा सी जो जो एक्टिंग कर रहा सी। ही वॉज बैरन हाउसबर्ग, वन ऑफ द रिचेस्ट मैन ऑफ यूरोप। ओहो यूरोप दे विच सब तो अमीर आदमियों विचों एक सी। उहदा नाम सी बैरन हाउसबर्ग। नैचुरली ट्रेवर थॉट वेरी हाईली ऑफ हिम, तो इसे करके ट्रेवर उहदी बहुत इज्जत ते कदर भी करता सी क्योंकि अमीर भी सी। अगे ही दा मतलब ह्यूई गॉट अ चार्मिंग स्कोल्डिंग फॉर हिज एक्सट्रावेगेंस। हु स्कोल्डेड ह्यूई? ह्यूई नू अपने बेवकूफी लई एक बहुत वधिया तरीके नाल झिड़कां पईआं, ते किने उहनूं झिड़कां लाईआं? वॉट वॉज ह्यूईज एक्सट्रावेगेंस? ते ह्यूई दी ये जिहड़ी फालतूता सी ये एक्सट्रा वाली, ये की सी? वाई वॉज ह्यूई स्कोल्डेड? उहनूं झाड़ां क्यों पईआं? Why is the scolding described as charming? ਤੇ ਜਿਹੜੀਆਂ ਝਾੜਾਂ ਪਈਆਂ ਉਹ ਇਸ ਤਰੀਕੇ ਨਾਲ ਕਿਉਂ ਦੱਸਿਆ ਗਿਆ ਵੀ ਉਹ ਬਹੁਤ ਮਨਮੋਹਕ ਸੀ? ਦੇਖੋ ਇਹ ਪਹਿਲੇ ਕੁਐਸਚਨ ਦਾ ਆਨਸਰ ਹੈਗਾ ਕਿ ਕਿਹਨੇ ਉਹਨੂੰ ਝਾੜਾਂ ਪਾਈਆਂ। ਇਟ ਵਾਜ਼ ਲੌਰਾ ਹੂ ਸਕੋਲਡਿਡ ਹਿਊਈ ਫੋਰ ਹਿਸ ਐਕਸਟ੍ਰਾਵੇਗੈਂਸ, ਮਤਲਬ ਲੌਰਾ ਜਿਹਨੂੰ ਉਹ ਪਿਆਰ ਕਰਦਾ ਸੀ ਉਹਨੇ ਉਹਨੂੰ ਝਿੜਕਾਂ ਲਾਈਆਂ ਸੀ। ਦੂਜਾ ਕੁਐਸਚਨ ਇਹ ਹੈਗਾ ਵੀ ਉਹਦੀ ਐਕਸਟ੍ਰਾਵੇਗੈਂਸ ਸੀ ਕੀ, ਮਤਲਬ ਕਿਸ ਚੀਜ਼ ਦੀ ਗੱਲ ਹੋ ਰਹੀ ਹੈ? ਦੇਖੋ ਐਕਸਟ੍ਰਾਵੇਗੈਂਸ ਮੈਂ ਫੇਰ ਦੱਸ ਰਹੀ ਹਾਂ, ਇਸ ਚੀਜ਼ ਨੂੰ ਕੀ ਕਿਹਾ ਜਾਂਦਾ ਹੈ ਜਿਹਦੇ ਵਿੱਚ ਬੰਦਾ ਕੋਈ ਐਕਸੈਸਿਵ ਚੀਜ਼ ਕਰਦਾ ਹੈ, ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਫਾਲਤੂਬਾਜ਼ੀ ਦਿਖਾਉਂਦਾ ਹੈ, ਜਿੰਨਾ ਉਹਦੇ ਕੋਲ ਹੈ ਨਹੀਂ ਉਹ ਤੋਂ ਜ਼ਿਆਦਾ ਹੀ ਕਈ ਵਾਰ ਬੰਦਾ ਕਰ ਦਿੰਦਾ ਹੈ, ਉਹ ਚੀਜ਼ ਦੱਸੀ ਗਈ ਹੈ। ਅਤੇ ਹਿਊਈ ਹੈਡ ਓਨਲੀ ਅ ਪਾਊਂਡ ਐਂਡ ਸਮ ਕੋਇਨਸ ਇਨ ਹਿਸ ਪੋਕਿਟ, ਉਹਦੀ ਜੇਬ ਦੇ ਵਿੱਚ ਇੱਕ ਪਾਊਂਡ ਸੀ ਅਤੇ ਕੁਝ ਸਿੱਕੇ ਸੀ ਜੇਬ ਦੇ ਵਿੱਚ। ਹੀ ਗੇਵ ਹਿਸ ਪਾਊਂਡ ਐਜ ਐਲਮਸ ਟੂ ਦਾ ਬੈਗਰ, ਅਤੇ ਉਹਨੇ ਉਹ ਚੀਜ਼ ਵੀ ਜੋ ਆਪਾਂ ਭਿਖਾਰੀਆਂ ਨੂੰ ਦੇ ਦਿੰਦੇ ਹਾਂ ਨਾ, ਜੋ ਵੀ ਉਹਦੀ ਜੇਬ ਦੇ ਵਿੱਚ ਸੀਗਾ ਉਹਨੇ ਉਹ ਵੀ ਐਸ ਐਲਮਸ, ਐਲਮਸ ਦਾ ਮਤਲਬ ਉਹ ਚੀਜ਼ ਜੋ ਤੁਸੀਂ ਗਰੀਬਾਂ ਨੂੰ ਦਿੰਦੇ ਹੋ, ਉਹ ਪੈਸਾ ਵੀ ਹੋ ਸਕਦਾ, ਕੱਪੜੇ ਵੀ ਹੋ ਸਕਦੇ, ਖਾਣਾ ਵੀ ਹੋ ਸਕਦਾ, ਉਹ ਉਹਨੇ ਭਿਖਾਰੀ ਨੂੰ ਦਿੱਤਾ, ਉਹ ਜਿਹੜਾ ਮਾਡਲ ਬਣਿਆ ਹੋਇਆ ਸੀ। ਲੌਰਾ ਕੰਸੀਡਰਡ ਇਟ ਐਸ ਐਨ ਐਕਟ ਆਫ ਐਕਸਟ੍ਰਾਵੇਗੈਂਸ, ਤੇ ਲੌਰਾ ਨੂੰ ਲੱਗਿਆ ਵੀ ਆਪ ਤਾਂ ਤੇਰੇ ਕੋਲ ਢੇਲਾ ਨਹੀਂ ਹੈ ਤੇ ਤੂੰ ਐਵੇਂ ਦਿਆਲੂ ਬਣਿਆ ਫਿਰਦਾ, ਫਾਲਤੂ ਖਰਚਦਾ ਫਿਰਦਾ। ਅੱਗੇ Why was Huey scolded? ਨੂੰ ਝਿੜਕਾਂ ਕਿਉਂ ਪਈਆਂ? ਕਿਉਂਕਿ ਉਹਦੇ ਐਕਸਟ੍ਰਾਵੇਗੈਂਸ ਕਰਕੇ, ਫਾਲਤੂਗਿਰੀ ਕਰਕੇ, ਪੈਸੇ ਤਾਂ ਸੀਗੇ ਨਹੀਂ, ਕਿਉਂ ਦਿੱਤੇ ਬੈਗਰ ਨੂੰ? Why is the scolding described as charming? ਤੇ ਇਹ ਮਨਮੋਹਕ ਜਾਂ ਵਧੀਆ ਸਕੋਲਡਿੰਗ ਡਾਂਟ ਕਿਉਂ ਹੈ? ਇਟ ਵਾਜ ਹਿਊਈਜ਼ ਓਨ ਸਵੀਟ ਹਾਰਟ ਹੂ ਸਕੋਲਡਿਡ ਹਿਮ, ਮਤਲਬ ਉਹਦੀ ਆਪਣੀ ਸਹੇਲੀ ਨੇ ਉਹਨੂੰ ਝਿੜਕਾਂ ਮਾਰੀਆਂ ਸੀ ਨਾ, ਇਸੇ ਕਰਕੇ ਕਿਹਾ ਗਿਆ ਕਿ ਉਹ ਸਕੋਲਡਿੰਗ ਬਹੁਤ ਚਾਰਮਿੰਗ ਸੀ। ਅੱਗੇ ਚੱਲਦੇ ਹਾਂ 8th ਕੁਐਸਚਨ। ਵਾਈ ਡਿਡ ਟ੍ਰੇਵਰ ਥਿੰਕ ਦੈਟ ਹਿਊਈ ਹੈਡ ਮੇਡ ਅ ਡੀਪ ਇੰਪ੍ਰੈਸ਼ਨ ਔਨ ਹਿਸ ਓਲਡ ਮਾਡਲ? ਟ੍ਰੇਵਰ ਨੂੰ ਕਿਉਂ ਲੱਗਿਆ ਕਿ ਹਿਊਈ ਨੇ ਆਪਣੇ ਜਿਹੜਾ ਉਹਦਾ ਮਾਡਲ ਸੀ ਉਹਦੇ 'ਤੇ ਬਹੁਤ ਡੂੰਘਾ ਪ੍ਰਭਾਵ ਪਾਇਆ? ਦ ਓਲਡ ਮਾਡਲ ਸ਼ੋਡ ਅ ਡੀਪ ਇੰਟਰਸਟ ਇਨ ਹਿਊਈ, ਕਿਉਂਕਿ ਉਹ ਜਦ ਚਲਾ ਗਿਆ ਸੀ ਨਾ ਸਟੂਡੀਓ ਤੋਂ, ਹਿਊਈ ਚਲਾ ਗਿਆ ਸੀ ਅਤੇ ਮਾਡਲ ਨੇ ਕਾਫੀ ਗੱਲਾਂ ਪੁੱਛੀਆਂ ਟ੍ਰੇਵਰ ਤੋਂ ਹਿਊਈ ਬਾਰੇ। ਹੀ ਆਸ ਟ੍ਰੇਵਰ All about you, ਤੇ ਉਹਨੇ ਬਹੁਤ ਕੁਛ ਪੁੱਛਿਆ ਕਿ ਕੁਛ ਪੁੱਛਿਆ ਹੂ ਵਾਜ਼ ਹੀ, ਉਹ ਬੰਦਾ ਕੌਣ ਸੀ, ਵੇਅਰ ਹੀ ਲਿਵਡ, ਕਿੱਥੇ ਰਹਿੰਦਾ ਸੀ, ਵੋਟ ਹਿਜ਼ ਇਨਕਮ ਵਾਜ਼, ਕਿੱਥੋਂ ਪੈਸੇ ਕਮਾਉਂਦਾ ਸੀ, ਕੀ ਇਨਕਮ ਸੀ ਉਹਦੀ, ਐਂਡ ਅਦਰ ਸੱਚ ਥਿੰਗਸ, ਹੋਰ ਆਮ ਉਹਦੇ ਬਾਰੇ ਗੱਲਾਂ। ਦਸ ਟ੍ਰੇਵਰ ਥੋਟ ਦੈਟ ਹਿਊਈ ਹੈਡ ਮੇਡ ਅ ਡੀਪ ਇੰਪ੍ਰੈਸ਼ਨ ਔਨ ਹਿਸ ਓਲਡ ਮਾਡਲ, ਇਸੇ ਕਰਕੇ ਉਹਨੂੰ ਲੱਗਿਆ ਵੀ ਉਹਨੇ ਕਾਫੀ ਡੂੰਘਾ ਇੰਪ੍ਰੈਸ਼ਨ ਪਾਇਆ ਉਹਨੂੰ ਪੈਸੇ ਦੇ ਕੇ ਮਾਡਲ ਦੇ। ਅੱਗੇ ਡਿਡ ਟ੍ਰੇਵਰਸ ਮਾਡਲ ਬਿਹੇਵ ਡਿਫਰੈਂਟਲੀ ਫਰੋਮ ਵੋਟ ਟ੍ਰੇਵਰ ਹੈਡ ਥੋਟ ਆਫ ਹਿਮ, ਇਫ ਡਿਫਰੈਂਟਲੀ ਹਾਓ? ਕੀ ਤੁਹਾਨੂੰ ਲੱਗਦਾ ਹੈ ਵੀ ਟ੍ਰੇਵਰ ਦਾ ਜਿਹੜਾ ਮਾਡਲ ਸੀ ਉਹ ਗਰੀਬ ਬੰਦਾ ਜੋ ਪੇਂਟਿੰਗ ਜਿਹਦੀ ਬਣ ਰਹੀ ਸੀ, ਪਰ ਐਕਚੁਅਲੀ ਉਹ ਯੂਰਪ ਦਾ ਸਭ ਤੋਂ ਅਮੀਰ ਬੰਦਾ ਸੀ, ਉਹਨੇ ਡਿਫਰੈਂਟਲੀ ਐਕਟ ਕੀਤਾ ਸੀ ਜੋ ਟ੍ਰੇਵਰ ਨੇ ਸੋਚਿਆ ਸੀ ਉਹ ਤੋਂ ਵੀ ਵੱਖਰਾ? ਜੇ ਡਿਫਰੈਂਟਲੀ ਐਕਟ ਕੀਤਾ ਸੀ ਤਾਂ ਕਿਵੇਂ? ਦੇਖੋ ਟ੍ਰੇਵਰ ਹੈਡ ਥੋਟ ਦੈਟ ਬੈਰਨ ਹਾਊਸਬਰਗ, ਉਹ ਜਿਹੜਾ ਬੰਦਾ ਸੀ ਭਿਖਾਰੀ ਸੀ, ਵੁੱਡ ਟਾਕ ਟੂ ਹਿਊਈਜ਼ foolish act to his would talk of Huey's foolish act to his friends and have a good laugh. ਉਹਨੂੰ ਇਹ ਲੱਗਿਆ ਵੀ ਬੈਰਨ ਜਿਹੜਾ ਹੈਗਾ ਉਹ ਹਿਊਈ ਦੀ ਜਿਹੜੀ ਬੇਵਕੂਫੀ ਹੈ ਆਪਣੇ ਦੋਸਤਾਂ ਨਾਲ ਸ਼ੇਅਰ ਕਰੇਗਾ ਵੀ ਸਿੱਕਾ ਦੇ ਗਿਆ ਮੇਰੇ ਵਰਗੇ ਅਮੀਰ ਨੂੰ, ਤੇ ਇਹਨਾਂ ਗੱਲਾਂ ਤੇ ਉਹ ਹੱਸੇਗਾ। ਪਰ ਔਨ ਦੀ ਅਦਰ ਹੈਂਡ ਬੈਰਨ ਸੈਂਟ ਹਿਊਈ £10,000 ਟੂ ਹੈਲਪ ਹਿਮ ਮੈਰੀ ਹਿਸ ਬਿਲਵਡ, ਸਗੋਂ ਉਹਨੇ ਤਾਂ ਇੱਕ ਅਨਵਲਪ ਦੇ ਵਿੱਚ £10,000 ਪਾ ਕੇ ਉਹਨੂੰ ਚਿੱਠੀ ਭੇਜੀ ਤਾਂ ਕਿ ਉਹ ਆਪਣੀ ਲਵ ਜਿਹੜੀ ਸੀਗੀ ਉਹਦੀ ਪਿਆਰ ਕਰਨ ਵਾਲੀ ਗਰਲਫ੍ਰੈਂਡ ਉਹਦੇ ਨਾਲ ਵਿਆਹ ਕਰਾ ਸਕੇ, ਤਾਂ ਕਾਫੀ ਉਲਟਾ ਹੋਇਆ ਨਾ। ਅੱਗੇ
How was Baron Housewerk both a millionaire model and a model millionaire? ये बहुत important है. देखो, Baron Housewerk was a millionaire who posed as a beggar for Trevor's painting. मतलब वो बहुत अमीर सी का जो painting ले एक beggar दी acting कर रहा सी, भिखारी दी. ठीक है, millionaire model दी acting कर रहा सी. Thus he was a millionaire model. But more important than that, he was a model millionaire. ए तो ज्यादा जरूरी आप ये कह सकते हैं वो एक मॉडल मिलियनेयर सी. क्यों? ही हैड प्रूव्ड अ मॉडल ऑफ कंपनसेशन एंड चैरिटी, क्योंकि वो एक मॉडल बनिया सी. कहन दा मतलब उन्हें अपने आप नु ए दर्शाया सी भी वो बाकी अमीरा तो काफी वखरा है. एक एग्जाम्पल सैट किया सी किस चीज का, चैरिटी का, दया का, जो बंदे नु दान दिंदा है उस चीज का वो एक मॉडल बनिया सी. ठीक है, एक नमूना साबित होया सी दया का, दान का. समझ आ गया? ये बहुत इंपॉर्टेंट क्वेश्चन है. आगे लॉन्ग आंसर टाइप क्वेश्चन है. पहला सवाल है गया, गिव इन योर ओन वर्ड्स अ पेन पोर्ट्रे ऑफ बैरन हाउसबर्ग. अपने शब्दों के विच बैरन हाउसबर्ग के बारे जो भी जानकारी थोड़े को हैगी है वो लिखो. देखो इतने मैं लिखे है, बैरन हाउसबर्ग इज अ मिलेनियर. वो बहुत अमीर बंदा सी. ही इज वन ऑफ द रिचेस्ट मैन इन यूरोप. यूरोप के विचों कुछ अमीर बंदियां विचों सीगा. He has a whim to have himself painted as a beggar. ते वो चांदा सी, उदी इच्छा सी कि वो भिखारी दे रूप दे विच उदा एक पेंटिंग बने, उदा एक चाह सी. He proves a very successful model. ते वो एक बहुत सफल मॉडल दी एक्टिंग भी कर देता है, प्रूव कर देता है. He looks every inch a beggar. जेहे जे उदा पहरावा सी उदे तो सच्ची भिखारी लग रहा सी. He leans over a coarse stick. ते वो एक मोटी जी सोटी दे उत्ते चुकिया होया सी, उदा सहारा लिता होया सी. His clothes are in rags, कपड़े फटे हुए सी. He holds out an old hat for alms. कहन दा मतलब, सॉरी आर्म्स कहंदे इहनू, वी उहने एक अगे ना हथ दे विच एक हैट फड़ी हुई सी भीख मंगण दे लई, आर्म्स दे लई उहनू कहंदे आ. He looks the very picture of misery. उहनू देख के ही लग रिहा सी वी एक दुख दी तस्वीर जिहड़ी हैगी है उह दर्शाई जा रही है. Hughie takes him for a real beggar. तो Hughie नहीं लगे अभी शायद वो सचमुच भिखारी है गए. He slips a pound into his hand. तो उदे हाथ दे विच एक pound रख दिंदा है, पैसे रख दिंदा है. We can say that Baron Housewerk is a millionaire model. तो आप कह सकते हैं कि वो तो अमीर मॉडल सी. But more important than that, he proves a model millionaire. एक example बनता है, model बनता है किस चीज का, charity का, दान का, millionaire जो है गए. He comes to know of Hughie's problem in love. ते उन्हें पता लगता है Hughie दी समस्या प्यार नू लेके की चल रही है. He sends him a check for 10,000 pounds. ते उन्हें एक check भेजता है envelope दे विच पाके 10,000 pound दा. Thus he enables Hughie to marry his beloved. ते उन्हें मदद करता है उदे प्यार दे नाल व्याह कराण दे लई. The Baron इत्थे लिखांगे thus Baron proves a model of compassion and charity. He is indeed a model millionaire. ते ओहो एक आप ये कह सकते हैं दया ते दान दा एक मॉडल एक्ट करता है गया. ठीक है, ते असल दे विच ही वो एक बहुत वधिया मॉडल एक्ट करता है जो मिलियनेयर है. एक एग्जाम्पल सेट करता है मिलियनेयर्स दे लिए या सब दे लिए आप कह सकते हैं. आगे, व्हाट इंप्रेशन डू यू फॉर्म ऑफ ह्यूईज कैरेक्टर. ह्यूई दा जिहड़ा कैरेक्टर है गया है ना, उहदा जिहड़ा किरदार है उहदे बारे थानू की लगता है, की प्रभाव पिया थोड़े दिमाग. Hughie was wonderfully good looking. वो बहुत सोना लगन वाला सी. He was popular with men and women. मर्द ते औरतां दोनों विच काफी मशहूर सी equally. ठीक है, he never said any unkind word. किसे नु माड़ा नहीं कहंदा सी. In fact, he had every quality except that of making money. उहदे कोल हर गुण सी, बस पैसे कमाण वाला या पैसे नहीं सी उहदे कोल, एही कमी सी. He tried his hand at many professions but always failed. वो हमेशा कोशिश करता सी अलग अलग काम करन दी, पर हमेशा फेल हो जाता सी, कोई बिजनेस अगे नहीं बढ़ता सी. To make it worse, he was in love. होर सब तो माड़ी गल भी वो प्यार दे विच सी. He loved the colonel's daughter. colonel दी धी नाल उहनू प्यार सी, but the colonel would not let him marry his daughter. colonel उहदा व्याह नहीं करा रहा सी. He said that at first Hughie must have 10,000 pounds of his own. ते उन्हें एक शर्त रखी थी भी पहला 10,000 pound लेके आ, फिर कुड़ी नाल ब्याह करन दी गल करांगे. At last, Hughie's kind and noble nature got him the reward he desired. ते आपा देख दे अंत दे विच उहदी दयालू ते नेक सुभा ने उसनू वो इनाम दवाता जिसकी उसनू बहुत लोड़ सी.
Baron Hausberg was so impressed by him that he sent him a check for £10,000. Baron Hausberg ਉਹਦੇ ਤੋਂ ਇੰਨਾ ਖੁਸ਼ ਹੋਇਆ, ਪ੍ਰਭਾਵਿਤ ਹੋਇਆ ਕਿ ਉਹਨੇ ਆਪ ਹੀ ਉਹਨੂੰ £10,000 ਦਾ ਇੱਕ ਚੈੱਕ ਭੇਜਤਾ ਸੀ. Thus Hughie was able to fulfill the colonel's condition and marry his daughter. ਇਸੇ ਕਰਕੇ ਉਹਨੇ colonel ਦੀ ਸ਼ਰਤ ਜਿਹੜੀ ਹੈਗੀ ਉਹਨੂੰ ਵੀ ਪੂਰਾ ਕਰਤਾ ਸੀ ਤੇ ਉਸਦੀ ਕੁੜੀ ਨਾਲ ਵਿਆਹ ਵੀ ਹੋ ਗਿਆ ਸੀ. ਅੱਗੇ How and why did Hughie oblige the old beggar? Hughie ने किवें ते किस तरीके दे नाल, ठीक है, ते क्यों किवें ते क्यों उस beggar दी मदद की थी? देखो इदां होया सी कि one day Hughie went to see his old friend या his friend Alan Trevor who was a painter. एक बार अपने दोस्त नू मिलन गया सी Alan नू, जो कि एक painter सी, चित्रकार सी. He saw Trevor painting a wonderful picture of a beggar man. उन्होंने देखिया कि वो तस्वीर पेंट कर रहा है एक भिखारी दी. The beggar himself was standing in a corner of the studio. वो बंदा जिहड़ा सी उस कमरे दे विच कोने ते खड़ा होया सी. He was a wizened old man. तुसी इत्थे लिख सकदे हो wrinkled old man, जिहदे झुरियां पईयां सी वो वाला आदमी सी वो. His face was wrinkled, झुरियां पईयां होईयां सी उहदे चेहरे ते. इक्को गल, He had a brown cloak over his shoulder, ਤੇ ਉਹਦੇ ਜਿਵੇਂ ਵੱਡਾ ਜਿਹਾ ਫਟਿਆ ਹੋਇਆ ਕੱਪੜਾ ਨਹੀਂ ਹੁੰਦਾ, ਢਿੱਲਾ ਜਿਹਾ ਉਹਨੇ ਉਹ ਪਾਇਆ ਹੋਇਆ ਸੀ ਆਪਣੇ ਮੋਢਿਆਂ ਤੇ ਜਿਵੇਂ ਭਿਖਾਰੀ ਪਾਉਂਦੇ ਨੇ. ਇਟ ਵਾਸ ਆਲ ਇਨ, ਇੱਥੇ ਆਏਗਾ ਰੈਗਸ, ਮਤਲਬ ਫਟਿਆ ਹੋਇਆ ਸੀ. ਹਿਸ ਥਿਕ ਬੂਟਸ ਹੈਡ ਮੈਨੀ ਪੈਚਸ, ਜੇ ਉਹਨੇ ਜਿਹੜੇ ਜੁੱਤੇ ਪਾਏ ਸੀ ਉਹ ਵੀ ਫਟੇ ਹੋਏ ਸੀ. ਹੀ ਹੈਡ ਅ ਰਫ ਸਟਿਕ ਇਨ ਵਨ ਹੈਂਡ, ਉਹਦੇ ਹੱਥ ਦੇ ਵਿੱਚ ਇੱਕ ਸੋਟੀ ਸੀਗੀ. ਹੀ ਵਾਸ ਲੀਨਿੰਗ ਓਵਰ ਦ ਸਟਿਕ, ਤੇ ਉਹ ਸਟਿਕ ਦੇ ਅੱਗੇ ਝੁਕਿਆ ਹੋਇਆ ਸੀ. With his other hand he was holding out his old hat for arms. ਤੇ ਦੂਜੇ ਹੱਥ ਦੇ ਵਿੱਚ ਉਹਦੇ ਇੱਕ ਟੋਪੀ ਸੀਗੀ ਜੋ ਹਰੇ ਅੱਗੇ ਕੀਤੀ ਹੋਈ ਸੀ ਵੀ ਸ਼ਾਇਦ ਕੋਈ ਭੀਖ ਉਹਨੂੰ ਦੇ ਜੇ. The old beggar looked the very picture of misery, ਉਹਨੂੰ ਦੇਖ ਕੇ ਦੁੱਖ ਦੀ ਹੀ ਤਸਵੀਰ ਲੱਗ ਰਹੀ ਸੀ. Hughie was deeply moved by the miserable looks of the old beggar. ਤੇ Hughie ਨੂੰ ਬੜਾ ਤਕਲੀਫ ਹੋਈ ਉਹਦੀ ਇਹ ਹਾਲਾਤ ਦੇਖ ਕੇ ਉਸ ਭਿਖਾਰੀ ਦੇ. He could not help pitying him, matlab ohnu ohde te taras aaya aur ohnu kuch samajh nahi aa reha si. He felt in his pockets but could find only £1 in them. ohne apni jeba froliya par ohde vich sirf 1 pound niklya. Then he walked up to the beggar and slipped the pound in his hand. jo bhi ohde kol si 1 pound ohne jaake bhikhari nu de ditta. Aage, How could Hughie marry the girl he loved? Hughie di kis tarike naal vyah ho paya us kudi de naal jinu oh pyar karda si. Hughie Erskine loved a girl named Laura. Dekho Laura nu pyar karda si, pehla tusi eh dassoge. The girl's father was a retired colonel, te ohde pita ji ik retired colonel si. He liked Hughie, ohna nu Hughie pasand si, but would not allow him to marry his daughter. Par oh ohde vyah nahi kara rahe si. He said that first Hughie must have £10,000 of his own, but Hughie was jobless. ਉਹਨਾਂ ਨੇ ਕਿਹਾ ਵੀ ਪਹਿਲਾਂ ਬੇਟਾ 10,000 ਪਾਉਂਡ ਆਪਣੇ ਕਮਾ ਕੇ ਲੈ ਗਿਆ, ਪਰ Hughie ਕੋਲ ਤਾਂ ਜੌਬ ਹੀ ਨਹੀਂ ਸੀ. He had no hope of earning that much money. ਨਾ ਉਮੀਦ ਸੀ ਵੀ ਇੰਨੇ ਪੈਸੇ ਕਮਾ ਸਕਾਂਗਾ. One day he saw an old beggar at the studio of his friend. ਤੇ ਇੱਕ ਵਾਰ ਉਹ ਆਪਣੇ ਦੋਸਤ ਨੂੰ ਮਿਲਣ ਗਿਆ Alan Trevor ਨੂੰ. ਉੱਥੇ ਉਹਨੇ ਦੇਖਿਆ ਇੱਕ ਗਰੀਬ ਭਿਖਾਰੀ ਨੂੰ. He looked very miserable. ਉਹ ਭਿਖਾਰੀ ਦੀ ਹਾਲਤ ਬਹੁਤ ਦੁੱਖ ਵਾਲੀ ਸੀ, ਮਤਲਬ ਤਰਸ ਆ ਰਿਹਾ ਸੀ ਦੇਖ ਕੇ. Hughie was moved to pity. Hughie ਨੂੰ ਬਹੁਤ ਜ਼ਿਆਦਾ ਤਰਸ ਆਇਆ. He gave him the only pound he had in his pocket. ਤੇ ਉਹਨੇ ਜਦ ਆਪਣੀ ਜੇਬ ਫਰੋਲੀ ਉਹਦੇ ਵਿੱਚ 1 ਪਾਉਂਡ ਸੀ. ਉਹਨੇ ਉਹ ਸਿੱਕਾ ਵੀ ਉਹਨੂੰ ਦੇ ਦਿੱਤਾ ਭਿਖਾਰੀ ਨੂੰ. Now this old beggar was in fact Baron Hausberg. ਇਹ ਜਿਹੜਾ ਭਿਖਾਰੀ ਜਿਹੜੀ ਪੇਂਟਿੰਗ ਹੋ ਰਹੀ ਸੀ ਉਹਦਾ ਨਾਂ ਸੀ Baron Hausberg. He was one of the richest men in Europe. ਯੂਰਪ ਦੇ ਵਿੱਚ ਸਭ ਤੋਂ ਅਮੀਰਾਂ ਵਿੱਚੋਂ ਗਿਣਿਆ ਜਾਂਦਾ ਸੀ ਆਦਮੀ. He was sitting there merely as a beggar model. ਸਿਰਫ ਆਪਣੀ ਤਸਵੀਰ ਬਣਾਉਣ ਦੇ ਲਈ, ਪੇਂਟਿੰਗ ਕਰਵਾਉਣ ਦੇ ਲਈ ਉੱਥੇ ਭਿਖਾਰੀ ਦਾ ਰੂਪ ਧਾਰ ਕੇ ਬੈਠਿਆ ਸੀ. He was impressed by Hughie's noble nature. ਤੇ ਉਹ ਕਾਫੀ ਇੰਪ੍ਰੈਸ ਹੋਇਆ ਸੀ Hughie ਦੀ ਨੇਚਰ ਤੋਂ. He came to know of his problem. ਤੇ ਉਹਨੂੰ ਉਹਦੀ ਸਮੱਸਿਆ ਬਾਰੇ ਪਤਾ ਚੱਲਿਆ ਉਹਦੇ ਦੋਸਤ ਤੋਂ. He sent him a check of 10,000 pounds. ਤੇ ਉਹਨੇ ਉਹਨੂੰ 10,000 pound ਦਾ ਚੈੱਕ ਭੇਜਤਾ ਸੀ. Thus Hughie was able to marry his beloved. ਤੇ ਇਸੇ ਕਰਕੇ ਉਹਦਾ ਵਿਆਹ ਹੋ ਸਕਿਆ ਸੀ ਜਿਹਨੂੰ ਉਹ ਪਿਆਰ ਕਰਦਾ ਸੀ. ਤੇ ਇਹ ਸੀਗੀ ਅੱਜ ਦੀ ਕਲਾਸ. ਉਮੀਦ ਕਰਦੀ ਹਾਂ ਤੁਹਾਨੂੰ ਇਹ ਕੁਐਸਚਨ ਆਨਸਰ ਸਮਝ ਆ ਗਏ ਹੋਣਗੇ. ਸਮਰੀ ਦੀ ਵੀਡੀਓ ਵੀ ਪਾਈ ਹੋਈ ਹੈ. ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਿਓ. ਫਿਰ ਮਿਲਾਂਗੇ. ਟਿਲ ਦੈਨ ਟੇਕ ਕੇਅਰ. ਬਾਏ ਬਾਏ.